ਇਹ ਇੱਕ ਸਾਦਾ ਜਿਹਾ ਸੈਂਟਰੀਫਿਊਜ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। ਇੱਕ ਪਲਾਸਟਿਕ ਦੀ ਸਟਰਾਅ ਲਵੋ ਅਤੇ ਉਸਦੇ ਮੱਧ ਵਿੱਚ ਇੱਕ ਲੱਕੜੀ ਦੀ ਡੰਡੀ ਪਾ ਦਿਓ। ਮੱਧ ਤੋਂ ਦੋ ਲਾਈਨਾਂ ਤਕਰੀਬਨ 1 ਇੰਚ 'ਤੇ ਨਿਸ਼ਾਨ ਲਗਾਓ। ਕੈਂਚੀ ਦੀ ਮਦਦ ਨਾਲ ਅੱਧੇ ਕੱਟ ਪਹਿਲਾਂ ਖੱਬੇ ਫਿਰ ਸੱਜੇ ਲਗਾ ਲਵੋ। ਇਹਨਾਂ ਕੱਟੇ ਹੋਏ ਸਟਰੋਸ ਨਾਲ ਟ੍ਰਾਇੰਗਲ ਬਣਾ ਲਵੋ। ਟੇਪ ਦੀ ਮਦਦ ਨਾਲ ਸਟਰੋ ਦੇ ਟ੍ਰਾਇੰਗਲ ਨੂੰ ਉਸ ਆਕਾਰ ਵਿੱਚ ਰਹਿਣ ਵਿੱਚ ਮਦਦ ਮਿਲੇਗੀ। ਇਹ ਸੈਂਟਰੀਫਿਊਜ ਤਿਆਰ ਹੈ। ਪਾਣੀ ਦੇ ਕੱਪ ਦੇ ਵਿੱਚ ਇਸ ਨੂੰ ਰੱਖੋ ਅਤੇ ਘੁਮਾਓ। ਪਾਣੀ ਫੁਹਾਰੇ ਦੀ ਤਰ੍ਹਾਂ ਨਿਕਲੇਗਾ। ਤੁਸੀਂ ਇਸ ਨੂੰ ਆਪਣੇ ਦੋਹਾਂ ਹੱਥਾਂ ਦੇ ਨਾਲ ਵੀ ਹਿਲਾ ਸਕਦੇ ਹੋ। ਇਸ ਤਰ੍ਹਾਂ ਪਾਣੀ 15 ਫੁੱਟ ਦੀ ਦੂਰੀ ਤੱਕ ਵੀ ਛਿੜਕਿਆ ਜਾ ਸਕਦਾ ਹੈ।